ਕੈਨੇਡਾ ਦੀ ਸਰਕਾਰ ਅੰਤਰਰਾਸ਼ਟਰੀ ਸਟੂਡੈਂਟਸ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਦੇ ਰਹੀ ਹੈ। ਹੁਣ ਦੋ ਬੁਰੀਆਂ ਖਬਰਾਂ ਸਾਹਮਣੇ ਆਈਆਂ ਨੇ ਜੋ ਕਿ ਅੰਤਰਰਾਸ਼ਟਰੀ ਸਟੂਡੈਂਟਸ ਦੇ ਲਈ ਜਾਣਨੀਆਂ ਬਹੁਤ ਅਹਿਮ ਨੇ। ਜੇਕਰ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਵੀਡੀਓ ਧਿਆਨ ਨਾਲ ਦੇਖ ਲਿਓ, ਇਹ ਖਬਰਾਂ ਤੁਹਾਡੇ ਜ਼ਰੂਰ ਕੰਮ ਆਉਣਗੀਆਂ। ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ, ਮੈਂ ਹਰਪ੍ਰੀਤ ਪੁਰੀ। ਦਰਅਸਲ ਕੈਨੇਡਾ ਦੀ ਸਰਕਾਰ ਨੇ ਨਿੱਜੀ ਕਾਲਜਾਂ ਦੇ ਉੱਤੇ ਸ਼ਿਕੰਜਾ ਕੱਸਦੇ ਹੋਏ ਉੱਥੋਂ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਦੇ ਲਈ ਐਲਾਨ ਕਰ ਦਿੱਤਾ ਹੈ ਕਿ ਜੋ ਨਿੱਜੀ ਕਾਲਜ ਤੋਂ ਵਿਦਿਆਰਥੀ ਗ੍ਰੈਜੂਏਟ ਹੋਣਗੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ। ਅਤੇ ਇਸੇ ਦੇ ਨਾਲ ਹੀ ਐਲਾਨ ਕੀਤਾ ਹੈ ਕਿ 2 ਸਾਲਾਂ ਦੇ ਲਈ ਇੱਕ ਕੈਪ ਲਗਾਈ ਜਾਏਗੀ ਸਟੂਡੈਂਟ 'ਤੇ, ਜਿਸ ਦੇ ਨਾਲ 35% ਤੱਕ ਵਿਦਿਆਰਥੀਆਂ ਨੂੰ ਘੱਟ ਵੀਜ਼ਾ ਮਿਲੇਗਾ। ਹੁਣ ਕੀ ਇਸ ਦਾ ਫਰਕ ਪੈਣ ਵਾਲਾ ਉਹ ਸਮਝਦੇ ਆ। ਪਹਿਲੀ ਗੱਲ ਕਰਦੇ ਆ ਵਰਕ ਪਰਮਿਟ ਦੀ। ਜਦ ਕੋਈ ਵਿਦਿਆਰਥੀ ਕੈਨੇਡਾ ਜਾਂਦਾ ਹੈ ਤਾਂ ਅਕਸਰ ਪੰਜਾਬ ਤੋਂ ਜਾਂ ਬਾਹਰ ਤੋਂ ਜਦ ਵੀ ਵਿਦਿਆਰਥੀ ਜਾਂਦੇ ਨੇ ਉਹ ਲੋਨ ਚੱਕ ਕੇ ਬਾਹਰ ਜਾਂਦੇ ਨੇ। ਲੋਨ ਲਿਆ ਹੋਇਆ ਹੁੰਦਾ, ਇੱਕ ਹੀ ਉਮੀਦ ਕਿ ਉੱਥੇ ਜਾ ਕੇ ਜੋ ਕੰਮ ਕਰਾਂਗੇ ਉਸ ਦੇ ਨਾਲ ਆਪਣੀਆਂ ਫੀਸਾਂ ਮੋੜ ਦਾਂਗੇ ਅਤੇ ਉਸ ਤੋਂ ਬਾਅਦ ਦੇ ਵਿੱਚ ਉੱਥੇ ਜਾ ਕੇ ਸੈੱਟ ਹੋ ਜਾਗੇ। ਪਰ ਉਹ ਸਭ ਕਿਵੇਂ ਹੋਇਆ ਕਰਦਾ ਸੀ? ਕਿਉਂਕਿ ਉੱਥੇ ਤਾਂ ਘੰਟੇ ਲਿਮਿਟ ਹੁੰਦੇ, ਲਿਮਿਟਡ ਘੰਟਿਆਂ ਦੇ ਵਿੱਚ ਕੰਮ ਕਰਦੇ ਸੀ ਵਿਦਿਆਰਥੀ, ਪਰ ਉਸ ਤੋਂ ਬਾਅਦ ਦੇ ਵਿੱਚ ਉਸ 2 ਸਾਲ ਦੇ ਵਰਕ ਪਰਮਿਟ 'ਤੇ ਉਮੀਦ ਹੁੰਦੀ ਸੀ ਜਿਸ ਦੇ ਵਿੱਚ ਕੰਮ ਕਰਕੇ ਬਾਅਦ 'ਚ ਉੱਥੇ ਪੱਕੇ ਹੋਣਾ। ਪਰ ਹੁਣ ਉਹੀ 2 ਸਾਲ ਦਾ ਵਰਕ ਪਰਮਿਟ ਨਹੀਂ ਮਿਲਣਾ ਜੇਕਰ ਪ੍ਰਾਈਵੇਟ ਕਾਲਜ ਦੇ ਵਿੱਚ ਜਾ ਕੇ ਪੜ੍ਹਦੇ ਹੋ। ਉਸ ਦੇ ਨਾਲ ਹੁਣ ਫਰਕ ਕੀ ਪਿਆ? ਬਹੁਤ ਸਾਰੇ ਵਿਦਿਆਰਥੀ ਸੀ, ਕਿਉਂਕਿ ਸਰਕਾਰੀ ਕਾਲਜਾਂ ਦੇ ਵਿੱਚ ਸੀਟਾਂ ਸੀਮਤ ਨੇ, ਉੱਥੇ ਇੰਨੀ ਜਲਦੀ ਐਡਮਿਸ਼ਨ ਮਿਲਦੀ ਨਹੀਂ, ਉਸੇ ਦੇ ਚੱਕਰ 'ਚ ਪ੍ਰਾਈਵੇਟ ਕਾਲਜ ਦੇ ਵਿੱਚ ਜਾਂਦੇ ਸੀ। ਪਰ ਪ੍ਰਾਈਵੇਟ ਕਾਲਜ 'ਚ ਜੇ ਹੁਣ ਜਾ ਕੇ ਗ੍ਰੈਜੂਏਸ਼ਨ ਕੀਤੀ ਤਾਂ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਲੱਖਾਂ ਰੁਪਏ ਲਾ ਕੇ ਵੀ ਵਰਕ ਪਰਮਿਟ ਮਿਲਣਾ ਨਹੀਂ, ਕੇਵਲ ਅਤੇ ਕੇਵਲ ਪੜ੍ਹਾਈ ਕਰਕੇ ਵਿਦਿਆਰਥੀਆਂ ਨੂੰ ਉੱਥੋਂ ਵਾਪਸ ਆਉਣਾ ਪੈਣਾ। ਇਹ ਚੀਜ਼ ਹੁਣ ਸਾਹਮਣੇ ਆ ਰਹੀ ਹੈ ਅਤੇ ਨਿੱਜੀ ਕਾਲਜਾਂ ਦੇ ਉੱਤੇ ਸ਼ਿਕੰਜਾ ਕੱਸਿਆ। ਦਰਅਸਲ ਵਿਦੇਸ਼ ਮੰਤਰੀ ਨੇ ਮਾਈਕ ਮਿਲਰ, ਕੈਨੇਡਾ ਦੇ ਉੱਥੇ ਦੇ ਇਮੀਗ੍ਰੇਸ਼ਨ ਮੰਤਰੀ ਨੇ, ਜਿਨ੍ਹਾਂ ਨੇ ਕਿ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਜੋ ਨਿੱਜੀ ਕਾਲਜ ਨੇ ਉਹ ਅੰਤਰਰਾਸ਼ਟਰੀ ਜੋ ਵਿਦਿਆਰਥੀ ਨੇ ਉਹਨਾਂ ਦਾ ਸ਼ੋਸ਼ਣ ਕਰ ਰਹੇ ਨੇ, ਉਹਨਾਂ ਵਿਦਿਆਰਥੀਆਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਅਤੇ ਜਿੰਨੇ ਪੈਸੇ ਉਹ ਦੇ ਰਹੇ ਨੇ ਉਹਨਾਂ ਨੂੰ ਉਸ ਅਕੋਰਡਿੰਗ ਉਸ ਅਨੁਸਾਰ ਵਿੱਦਿਆ ਨਹੀਂ ਮਿਲ ਰਹੀ, ਐਜੂਕੇਸ਼ਨ ਨਹੀਂ ਮਿਲ ਰਹੀ। ਪਹਿਲਾਂ ਤੁਹਾਨੂੰ ਸੁਣਾ ਦਿੰਦੇ ਆਖਿਰਕਾਰ ਉਹਨਾਂ ਨੇ ਕਿਹਾ ਕੀ ਹੈ, ਉਸ ਤੋਂ ਬਾਅਦ ਅੱਗੇ ਗੱਲ ਜਾਰੀ ਰੱਖਦੇ ਆ। ਇੰਟਰਨੈਸ਼ਨਲ ਸਟੂਡੈਂਟਸ ਆਰ ਵੈਲਿਊਏਬਲ ਐਸੈਟ ਟੂ ਦਿਸ ਕੰਟਰੀ, ਦੇ ਆਰ ਬ੍ਰਾਈਟ ਯੰਗ ਇੰਡੀਵਿਜੂਅਲਸ ਦੈਟ ਇਨਰਿਚ ਆਰ ਕਮਿਊਨਿਟੀਜ਼ ਐਂਡ ਬ੍ਰਿੰਗ ਸਿਗਨੀਫਿਕੈਂਟ ਸੋਸ਼ਲ, ਕਲਚਰਲ ਐਂਡ ਇਕਨੋਮਿਕ ਬੈਨੀਫਿਟਸ। ਦੇ ਡਿਜ਼ਰਵ ਦ ਬੈਸਟ, ਦੇ ਡਿਜ਼ਰਵ ਵਰਲਡ ਕਲਾਸ ਅਕੈਡਮਿਕ ਐਕਸਪੀਰੀਅੰਸਿਸ ਦੈਟ ਦੇ ਸੌਟ ਆਊਟ ਐਂਡ ਹੋਪ ਫੋਰ, and Canada is renowned for that. It's unacceptable that some private institutions have taken advantage of international students by operating under-resourced campuses, lacking supports for students, and charging high tuition fees, all the while significantly increasing their intake of international students. ਤੁਸੀਂ ਸੁਣਿਆ ਕਿ ਮਿਲਰ ਨੇ ਕਿਸ ਤਰੀਕੇ ਦੇ ਨਾਲ ਨਿੱਜੀ ਕਾਲਜਾਂ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਕੋਲ ਘੱਟ ਸਹੂਲਤਾਂ ਹੋਣ ਦੇ ਬਾਵਜੂਦ, ਪ੍ਰੋਪਰ ਇਨਫਰਾਸਟ੍ਰਕਚਰ ਨਾ ਹੋਣ ਦੇ ਬਾਵਜੂਦ ਵੀ ਉਹ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਨੇ। ਇਸ ਲਈ ਅਸੀਂ ਇਹ ਜੋ ਕਟੌਤੀ ਕਰਨ ਦੀ ਗੱਲ ਕੀਤੀ ਹੈ, ਇਸੇ ਦੇ ਲਈ ਵਰਕ ਪਰਮਿਟ ਨਹੀਂ ਦਿੱਤਾ ਜਾਣਾ, ਸ਼ਿਕੰਜਾ ਕੱਸਿਆ ਜਾ ਰਿਹਾ। 2 ਚੀਜ਼ਾਂ ਇੱਥੇ ਸਾਹਮਣੇ ਆਈਆਂ, ਇੱਕ ਤਾਂ ਵਰਕ ਪਰਮਿਟ ਨਹੀਂ ਦੇਣਾ ਜਿਹੜਾ ਨਿੱਜੀ ਕਾਲਜ ਦੇ ਵਿੱਚ ਪੜ੍ਹੇਗਾ, 2 ਸਾਲਾਂ ਦਾ ਵਰਕ ਪਰਮਿਟ ਮਿਲਦਾ ਸੀ। ਉਸ ਤੋਂ ਬਿਨਾਂ ਜਿਹੜੀ 35% ਦੀ ਕਟੌਤੀ ਹੈ ਉਸ ਦੇ ਨਾਲ ਕੀ ਸਿੱਧਾ ਫਰਕ ਪੈਣ ਵਾਲਾ ਕਿ ਜੋ ਵਿਦਿਆਰਥੀ ਪਹਿਲਾਂ ਜਾ ਰਹੇ ਸੀ ਜਿੰਨੀਆਂ ਸੀਟਾਂ ਵੱਧ ਸੀ, 35% ਜੇਕਰ ਕੋਟਾ ਘੱਟ ਗਿਆ ਤਾਂ ਉਸ ਦੇ ਨਾਲ ਉਨੇ ਹੀ ਵਿਦਿਆਰਥੀ ਘੱਟ ਜਾਣਗੇ ਕੈਨੇਡਾ। ਤਾਂ ਇਸਦਾ ਹੁਣ ਸਿੱਧਾ ਸਿੱਧਾ ਇੱਕ ਨਤੀਜਾ ਦੇਖਿਆ ਜਾ ਰਿਹਾ ਕਿ ਕੈਨੇਡਾ ਦੀ ਜਗ੍ਹਾ ਕਿਸੇ ਹੋਰ ਦੇਸ਼ ਨੂੰ ਹੁਣ ਵਿਦਿਆਰਥੀ ਰੁੱਖ ਕਰਨਗੇ। ਇਹ ਵੀ ਹੁਣ ਤਾਂ ਖਬਰਾਂ ਤੇਜ਼ ਹੋ ਰਹੀਆਂ ਨੇ ਕਿ ਲੱਗਦਾ ਹੈ
ਹੁਣ ਵਿਦਿਆਰਥੀਆਂ ਨੂੰ ਕੋਈ ਦੂਸਰਾ ਕੈਨੇਡਾ ਲੱਭਣਾ ਪੈਣਾ ਕਿਉਂਕਿ ਕੈਨੇਡਾ ਦੇ ਵਿੱਚ ਹੁਣ ਪਹਿਲਾਂ ਵਾਲੀਆਂ ਸਹੂਲਤਾਂ ਨਹੀਂ ਰਹੀਆਂ। ਜੇਕਰ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਦਰਅਸਲ ਇਹ ਸਾਰਾ ਮਾਜਰਾ ਉੱਥੇ ਦੇ ਸਿਆਸੀ ਹਲਚਲ ਨੂੰ ਲੈ ਕੇ ਹੈ। ਦਰਅਸਲ ਅੰਤਰਰਾਸ਼ਟਰੀ ਸਟੂਡੈਂਟਸ ਦੇ ਨਾਲ ਉੱਥੇ ਕੈਨੇਡਾ ਦੇ ਵਿੱਚ ਜੋ ਪ੍ਰਭਾਵ ਪੈ ਰਿਹਾ ਉਸਦੇ ਚੱਲਦੇ ਹੀ ਸਰਕਾਰ 'ਤੇ ਦਬਾਅ ਕਾਫੀ ਬਣਿਆ ਹੋਇਆ। ਇਸੇ ਦਬਾਅ ਦੇ ਚੱਲਦੇ ਲਗਾਤਾਰ ਜੋ ਅੰਤਰਰਾਸ਼ਟਰੀ ਵਿਦਿਆਰਥੀ ਨੇ ਉਹਨਾਂ ਦੇ ਉੱਤੇ ਦਬਾਅ ਵੱਧਦਾ ਜਾ ਰਿਹਾ। ਅੰਤਰਰਾਸ਼ਟਰੀ ਸਟੂਡੈਂਟਸ ਦੇ ਉੱਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਵਿਦਿਆਰਥੀਆਂ ਦੀ ਗਿਣਤੀ ਨੂੰ ਕਾਬੂ 'ਚ ਕੀਤਾ ਜਾਏ ਅਤੇ ਮੁੜ ਨਿਯੰਤਰਣ ਦੀ ਸਥਿਤੀ ਦੇ ਵਿੱਚ ਆ ਸਕੇ ਉੱਥੇ ਦਾ ਪ੍ਰਸ਼ਾਸਨ, ਕਿਉਂਕਿ ਵੱਡੀ ਗਿਣਤੀ ਹੈ ਜੋ ਕਿ ਕੈਨੇਡਾ ਦੇ ਵਿੱਚ ਵਿਦਿਆਰਥੀ ਦੀ ਜਾਂਦੀ ਹੈ। ਜੇਕਰ ਹੁਣ ਗੱਲ ਕਰੀਏ ਤਾਂ 2023 'ਚ ਅਨੁਮਾਨ ਹੈ ਕਿ 9 ਲੱਖ ਦੇ ਕਰੀਬ ਵਿਦਿਆਰਥੀ ਹੋ ਜਾਣਗੇ ਜੋ ਕਿ ਪੜ੍ਹਾਈ ਦੇ ਲਈ ਉੱਥੇ ਕੈਨੇਡਾ ਦੇ ਵਿੱਚ ਹੋਣਗੇ, ਤਾਂ ਗਿਣਤੀ ਕਾਫੀ ਜ਼ਿਆਦਾ ਵੱਡੀ ਹੈ। ਇਸ ਸਭ ਦੇ ਚੱਲਦੇ ਹੀ ਇਹ ਸਭ ਦੇਖਣ ਨੂੰ ਮਿਲ ਰਿਹਾ ਕਿ ਇਸ ਤਰੀਕੇ ਦੇ ਨਾਲ ਕੈਨੇਡਾ ਰਿਸਟ੍ਰਿਕਸ਼ਨਸ ਲਗਾਤਾਰ ਵਧਾਉਂਦਾ ਜਾ ਰਿਹਾ, ਕਿਉਂਕਿ GIC ਦੀ ਗੱਲ ਕਰੀਏ ਪਹਿਲਾਂ $10,000 ਹੁੰਦੀ ਸੀ, ਉਸ ਬਾਅਦ ਦੇ ਵਿੱਚ 20,000 ਤੋਂ ਵੀ ਉੱਪਰ ਕਰਤੀ, $26,600 ਦੇ ਕਰੀਬ ਹੁਣ ਇਸ ਵੇਲੇ GIC ਚੱਲ ਰਹੀ ਹੈ, ਜਿਸ ਦੇ ਨਾਲ ਪਹਿਲਾਂ ਹੀ ਡਬਲ ਫੀਸ ਹੋ ਗਈ। ਉਸ ਦੇ ਨਾਲ ਵਿਦਿਆਰਥੀਆਂ ਨੂੰ ਦਿੱਕਤ ਆਈ, ਉਦੋਂ ਹਵਾਲਾ ਇਹ ਦਿੱਤਾ ਸੀ ਕਿ ਹੁਣ ਰਹਿਣ ਦੇ ਲਈ ਜੋ ਸਹੂਲਤਾਂ ਨੇ ਉੱਥੇ ਉਹ ਕਾਫੀ ਮਹਿੰਗੀਆਂ ਹੋ ਚੁੱਕੀਆਂ ਨੇ ਅਤੇ ਇਹਨਾਂ ਸਹੂਲਤਾਂ ਦੇ ਲਈ ਹੁਣ ਵਿਦਿਆਰਥੀਆਂ ਨੂੰ ਜ਼ਿਆਦਾ GIC ਦੀ ਲੋੜ ਹੈ। ਪਰ ਸਿੱਧੇ ਤੌਰ 'ਤੇ ਇਸ ਨੂੰ ਦੇਖਿਆ ਗਿਆ ਕਿ ਸਟੂਡੈਂਟਸ ਦੀ ਗਿਣਤੀ ਘਟਾਉਣ ਦੇ ਲਈ ਇਹ ਤਰੀਕਾ ਵਰਤਿਆ ਗਿਆ। ਹੁਣ ਦੂਸਰੀ ਵਾਰ ਜੇਕਰ ਗੱਲ ਕਰੀਏ, ਹੁਣ ਸਿੱਧੇ ਤੌਰ 'ਤੇ ਸਟੂਡੈਂਟਸ ਦੀ ਉਸੇ ਚੀਜ਼ 'ਤੇ ਨਿਸ਼ਾਨਾ ਮਾਰਿਆ ਜਿਸ ਦੇ ਨਾਲ ਸਟੂਡੈਂਟਸ ਪ੍ਰਭਾਵਿਤ ਹੁੰਦੇ ਨੇ, ਕਿਉਂਕਿ ਵਰਕ ਪਰਮਿਟ ਦੇ ਨਾਲ ਹੀ ਫੀਸਾਂ ਨਿਕਲਦੀਆਂ ਸੀ, ਉਸੇ ਨੂੰ ਬੰਦ ਕਰਤਾ ਜਿਹੜਾ ਨਿੱਜੀ ਕਾਲਜ ਦੇ ਵਿੱਚ ਪਾਸ ਆਊਟ ਹੋਏਗਾ। ਹਾਲਾਂਕਿ ਇਸ ਸੰਬੰਧੀ ਅੱਗੇ ਜ਼ਰੂਰ ਗੱਲ ਕੀਤੀ ਹੈ ਕਿ ਅੱਗੇ ਜਾ ਕੇ ਹੋਰ ਇਸ ਦੇ ਵਿੱਚ ਕੋਈ ਢਿੱਲ ਦਿੱਤੀ ਜਾ ਸਕਦੀ ਹੈ ਜਾਂ ਫਿਰ ਕੁਝ ਹੋਰ ਇਸ ਦੀ ਸ਼ਰਤਾਂ ਦੇ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ, ਜ਼ਿਆਦਾ ਜਾਣਕਾਰੀ ਆਉਣ ਵਾਲੇ ਸਮੇਂ ਦੇ ਵਿੱਚ ਆਏਗੀ। ਪਰ ਇੱਕ ਚੀਜ਼ ਜ਼ਰੂਰ ਸਾਫ਼ ਹੋ ਚੁੱਕੀ ਹੈ ਕਿ ਕੈਨੇਡਾ ਦਾ ਰੁੱਖ ਸਖ਼ਤ ਹੋ ਚੁੱਕਿਆ, ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਗਿਣਤੀ ਜ਼ਰੂਰ ਕੈਨੇਡਾ ਹੁਣ ਘਟਾਉਣਾ ਚਾਹੁੰਦਾ ਬਾਹਰ ਜਾਣ ਵਾਲੇ ਵਿਦਿਆਰਥੀਆਂ ਦੀ। ਤੁਹਾਨੂੰ ਕੀ ਲੱਗਦਾ ਹੈ ਹੁਣ ਕੀ ਰਣਨੀਤੀ ਹੋਣੀ ਚਾਹੀਦੀ ਹੈ ਉਹਨਾਂ ਸਟੂਡੈਂਟਸ ਦੀ ਜੋ ਵਿਦੇਸ਼ ਜਾਣਾ ਚਾਹੁੰਦੇ ਨੇ, ਜਾਂ ਫਿਰ ਕੀ ਇਹ ਫੈਸਲਾ ਸਹੀ ਹੈ? ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗੇ।